जो दिन आवे सो हर को नाओ गुण गाव तेरी उतस नाल अचिंत बसा सुख नाल साढ़ सियान पसगली मना हर पूंजी संच करो व्यवहार निरंतर एको देख एको जप एको साला है एक सके गुण गाओ अनंत एको एक हर आप अंत विस्तार एक ते भय मन का में अंतर एक प्रभु सो करनी सो बतनवंत साध संग प्रभ देहो निवास सुख नानक परगास जो दिन आवे सो आवे नंदा सदी की
उदार
ਸੁਤਨ ਹਾਰੇ ਸਿਮਰ ਸਾਸਰ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਸੰਗ ਨਾ ਚਾਲ ਸਤੇ ਰਤਨ ਸੁਤ ਮੀਤ ਕਟੰਬ ਅਰ ਬਣਤਾ ਕਮਲ ਰਾਖੋ ਮਨ ਮਾਹੇ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਤ ਕਹਿ ਤ੍ਰੈਤ ਕਰ ਪਾਵੋ ਸਾਰ ਕੋ ਸਤ ਹਰ ਕੋ ਨਾਉ ਚਿੰਤ ਬਸਾ ਸੁਖ ਨਾਲ ਸਿਆਣਪ ਸਗਲੀ ਮਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਸਰਬ ਨਿਰੰਤਰ ਏਕੋ ਦੇਖ ਏਕੋ ਜਪ ਏਕੋ ਸਾਲਾ ਹੈ ਏਕਸ ਕੇ ਗੁਣ ਗਾਉ ਅਨੰਤ ਏਕੋ ਏਕ ਏਕ ਹਰ ਆਪ ਅਨੰਤ ਵਿਸਥਾਰ ਏਕ ਤੇ ਪਏ ਮਨ ਕਾਮ ਅੰਤਰ ਏਕ ਪ੍ਰਭ ਜਾਚਕ ਜਨ ਜਾਚੈ ਪ੍ਰਭ ਦਾਨ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਤੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਕੋਟ ਏਕੋ ਆਧਾਰ ਕੀ ਦ੍ਰਿਸ਼ਟ ਮਹਾ ਸੁਖ ਹੋਏ ਚਾਖਿਆ ਸੇ ਜੰਤਰ ਬਤਾਨੇ ਸੁਭਰ ਪਰੇ ਪ੍ਰੇਮ ਰਸ ਰੰਗ ਹਰੇ ਸਰਨ ਅਣ ਸਭ ਤਿਆਗ ਬੜ ਭਾਗੀ ਜਪਿਆ ਪ੍ਰਭ ਸੋਏ ਸੇਵਕ ਕੀ ਮਨਸਾ ਪੂਰੀ ਪਈ ਜਨ ਕੋ ਪ੍ਰਭ ਹੋਇਓ ਦਿਆਲ ਬੰਧਨ ਕਾਟ ਮੁਕਤ ਜਨ ਪਿਆ ਇਸ ਪੁੰਨੀ ਸਰਦਾ ਸਾ ਪੂਰੀ ਇਸਕਾ ਸਾਤਨ ਲੀਆ ਮਲਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਪਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਜੋ ਜਪੈ ਸੋ ਹੋਏ ਪਨੀਤ ਨਿਰਗੁਣ ਯਾਰ ਨੀਚ ਅਜਾਨ ਸਰਬੈ ਕੁੰਠ ਮੁਕਤ ਮੋਖ ਪਾਏ ਅਨਕ ਰਾਗ ਭੋਗ ਬੜਿਆਈ ਭੋਜਨ ਕਾਪਰ ਸੰਗੀਤ ਸੋ ਕਰਨੀ ਸੋਭਾ ਧਨਵੰਤ ਸਾਧ ਸੰਗ ਪ੍ਰਭ ਦੇਵੋ ਨਿਵਾਸ ਸੁਖ ਨਾਨਕ ਪਰਗਾਸ ਸਲੋਕ ਸੜਕੀਆ ਨਾਨਕਾ ਪਾਪੇ ਹੀ ਫਿਰ ਜੰਗ ਕਹਿਤੇ ਹੋਤਾ ਕਾਰੀ ਆਪਣ ਸੁਨ ਸਮਾਦ ਮੈਂ ਵਿਰੋਧੀ ਸੰਗ ਕਮਾਦ ਆਪ ਆਪ ਪਾਰ ਬ੍ਰਹਮ ਖੇਲ ਆਪ ਤੀਜਾ ਨਿਰਗੁਣ ਪ੍ਰਭ ਸਹਿਜ ਸੁਭਾਏ ਆਪੇ ਹੈ ਆਪ ਆਪਣੀ ਜੋਤ ਧਰੈ ਸੁਖ ਆਪਣੇ ਆਸਨ ਜਾ ਪੂਰਨ ਕਰਤਾ ਪ੍ਰਭ ਸੋਏ ਜਾ ਅਵਗਤ ਅਗੋਚਰ ਪ੍ਰਭ ਏਕੈ ਨਾਥ ਨਿਰੰਜਨ ਗੋਚਰ ਅਗਾਧੇ ਆਪਣ ਆਪ ਆਪ ਹੀ ਚਰਜਾ ਨਿਰਮਲ ਪੁਰਖ ਪੁਰਖ ਪਤ ਹੋਤਾ ਨਿਰੰਜਨ ਨਿਰੰਕਾਰ ਨਿਰਵਾਣ ਜੈ ਸਰੂਪ ਕੇਵਲ ਜਗਦੀਸ਼ ਜੈ ਜੋ ਸਰੂਪੀ ਜੋ ਸਮਾਵੇ ਜੈ ਸਰਬ ਕਲਾ ਆਪੇ ਪ੍ਰਵੀਨ ਜੈ ਆਪਣ ਰੂਚ ਆਪਣ ਆਪ ਨੇਰਾ ਜੈ ਕੌਣ ਠਾਕੁਰ ਕੌਣ ਕਹੀਏ ਚੇਰਾ ਵਿਸਮੁ ਰਹੇ ਵਿਸਮਾਦ ਨਾਨਕ ਆਪਣੀ ਜਾਨੋ ਆਪ ਜੈ ਇੱਕ ਹੈ ਇੱਕ ਇੱਕ ਪ੍ਰਭੁ ਹੈ।
पाए अपने पाने लै समाए ते भिन्न नहीं किश होए आपन सो सब जगत परोए आपो प्रभु जीव आप जाए सच नाम सोई जन पाए समदर्शी तत् का बेता नानक सब श्रेष्ठ का हेता सब तक है हाथ दीन दयाल नाथ को नाथ कहत पोए न मारे सो मुआज मनो बिसारे अवर कहाँ को जाए सासे एक निरंजन लाए सब हाथ अंदर बाहर जानो साथ दान पे अंत पार नानक दास सदा बलिहार पूर रहे दयाल सब ऊपर हो वत कृपाल कर्तव्य जाने आप अंतर जामी रे हो प्याप पल जीवन बहु पात जो जो रचे सो किसे प्यार आवे तिसले मिलाए भगत करे हर के गुण गाए अंतर विश्वास कर मने पर हार नानक के जानिया हर एक नाए इसी आस न व्यर्थी जाए को सेवा बने आए उगम होए परम पल पाए ते ऊपर नहीं विचार जाके मन वस्या निरंकार तोर भय निर्वैर अंजन पूजे गुर के पैर सुखी पर लोग सहेले नानक हर प्रभु आपे मेले संग मिल करो आनंद सारो ब्रह्म परमानंद नाम नाम तत् करो विचार दुर्लभ देखा करो उदार वचन हर के गुण गा प्राण धन का ये स्वाओ पहर प्राप्त खो नेरा मिले ज्ञान से अंधेरा उपदेश हृदय बसाओ मन इच्छे नानक फल पाओ पलत पल तुले सवार राम नाम अंतर उद्धार पूरे गुरु की पूरी दिखे जिस मन बसे जिस आज परीक्षा अंतर नाम जपो ले बिलाए दुख दर्द मन ते पहुंचाए सच व्यापार करो व्यापारी डर के निभे के तुम्हारी काटे कर रखो मन माहे नानक बोल ना आवे जाए दूर कहाँ को जाए उड़े राखन हाथ आए खोज पै सगल को मिटे रब के पादे प्राणी छूटे रब रखे तिस नाही दुख नाम जपत मन होव सुख ता जाए मिटे अहंकार हे जन को कोई न पहुंचन हार ऊपर ठाडा गुर सूरा नानक तांगे कारज पूरा हाथ पूरे अमृत जाके दृष्ट दर्शन वेखत उदर श्रेष्ठ कमल जाके अनूप सफल दर्शन सुंदर हर रूप सेवा सेवक परवान अंतर जामी पुरख वरदान बस सो हो तनिहार ताके निकट न आवत साल अमर पे अमरा पद पाया सदा सुख होए आप मिलाए रहे प्रभु सोए धनवंत कुलवंत पतवंत जीवन मोदे सृजे भगवंत नानक देश जन को सदा नमस्कार साप मुकत मुकत करे संसार नानक देश जन को सदा नमस्कार Thank you.
Oh,
ਪਰਮੰਦਰ ਕੌਰ ਜੋ ਕਿ ਕੁਝ ਦਿਨਾਂ ਹੋਏ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਵਿੱਚ ਆਪਾਂ ਸ਼ਾਮਿਲ ਹੋਏ ਗੁਰਬਾਣੀ ਹੈ ਜਿਹੜੀ ਉਹ ਆਪਾਂ ਨੂੰ ਹਕੀਕਤ ਦੱਸਦੀ ਹੈ ਸੱਚ ਦੱਸਦੀ ਹੈ ਜੇਕਰ ਅਸੀਂ ਸੁਣ ਕੇ ਅਮਲ ਨਹੀਂ ਕਰਦੇ ਪਹਿਲਾਂ ਵੀ ਸ਼ਬਦ ਦੀ ਆਪਣੇ ਗੁਰਬਾਣੀ ਸਾਰੀ ਹੀ ਵਧੀ ਹੈ ਹੁਣ ਸ਼ਬਦ ਪੜ੍ਹੇ ਹਾਂ ਆਵੋ ਜੋ ਸਹੇਲੀ ਉਸ ਜਿਹੜਾ ਨਾਮ ਲਿਆ ਪਰ ਫਿਰ ਵੀ ਸਾਡੀ ਜਿਹੜੀ ਦੋਸਤੀ ਹੈ ਨਾ ਉਹ ਨਿਰੰਕਾਰ ਨਾਲ ਹੋਣੀ ਚਾਹੀਦੀ ਸੰਸਾਰ ਨਾਲ ਹੋਣੀ ਪਰ ਇਹ ਸਮਾਂ ਹੀ ਐਸਾ ਹੈ ਕਿ ਸੰਸਾਰ ਨਾਲ ਪਹਿਲਾਂ ਦੋਸਤੀ ਹੁੰਦੀ ਹੈ ਨਿਰੰਕਾਰ ਨਾਲ ਜਾਣਾ ਚਾਹੀਦਾ ਚੰਗੇ ਕੰਮ ਕੀਤੇ ਇਹ ਪਰਮਾਤਮਾ ਨੂੰ ਕਰਦਾ
Oh,
ਜਿਹੜਾ ਆਪਣੀਆਂ ਰਹਿ ਜਾਂਦੀਆਂ ਪਰ ਮਾਲਕ ਬਖਸ਼ਣ ਦਾ ਅੱਜ ਦੀ ਵਾਰ ਬਖਸ਼ ਬੰਦੇ ਕੋਲ ਬਾਲ ਨਾ ਭਜਨ ਗਿਆ ਇਸ ਸ਼ਬਦ ਦੇ ਨਾਲ ਸਮਾਪਤੀ ਕਰਾਂਗੇ ਆਓ ਸ਼ਬਦ ਰੱਖੀਏ ਅੱਜ ਦੀ ਵਾਰ ਬਖਸ਼ ਬੰਦੇ ਕੋਲ ਬਾਲ ਨਾ ਭਜਨ ਗਿਆ ਤੇ ਮੁਕਿਓ
ਸਹਾਇ ਸ੍ਰੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਹੋਆ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਸਵੇਂ ਪ੍ਰਥਮ ਭਗਵਤੀ ਸਿੰਘ ਕੈ ਗੁਰੂ ਨਾਨਕ ਲਈ ਧਿਆਏ ਤਿਰੰਗਤ ਗੁਰਤੇ ਅਮਰਦਾਸ ਰਾਮਦਾਸਾਂ ਹੋਏ ਸਹਾਇ। ਅਰਜਨ ਨਾਲ ਗੋਬਿੰਦ ਸਿੰਘ ਸ੍ਰੀ ਹਰਿ ਰਾਏ ਸਿੰਘ ਕ੍ਰਿਸ਼ਨ ਜੀ ਧਿਆਈਐ ਘਰ ਨਾਮ ਧਿਆਵੈ ਧਾਈ ਸਤਿਪਾਈ ਹੋਏ ਸਹਾਇ। ਦਸਾਂ ਪਾਤਸ਼ਾਹ ਜੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਧਾਨ ਦਾ ਧਿਆਨ ਧਰਤੀ ਗੋਲਾ ਜੀ ਜਪੀਆਂ ਜਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਜਗਾਈ ਦੇਖ ਵਾਲੀ ਦੇਖ ਕੇ ਅੰਕਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਤੀ ਗੋਲਾ ਜੀ ਜਿੰਨਾ ਕੀਤੀ ਜਿਨ੍ਹਾਂ ਜਾਣਿਆ ਜੋ ਮਾਇਆ ਏ ਸੁੱਖ ਜਾਣੇ
ਧਾਰੇ ਭਰਪੂਰ ਕਰਨੇ ਦਾਤਾ ਜੀਓ, ਆਪ ਹੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਆਪ ਹੀ ਜੇ ਬਾਜੂ ਕੜਾ ਪ੍ਰਸ਼ਾਦੀ ਜੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਦੇ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਪਾਵਨ ਹੁਕਮਨਾਮਾ ਬਖਸ਼ਿਸ਼ ਕਰਕੇ ਕਰਤਾਰ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰਥਾ ਬਖਸ਼ਣੀ ਜੋ ਜੀ ਤੇ ਦਰ ਤੇ ਆਵੇ ਸੋ ਰਾਜੀ ਜਾਵੇ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਦਾ ਜੀਵਨ ਰੋਵਣ ਨਾਨਕ ਨਾਮ ਚੜ੍ਹਦੀ ਕਲਾ ਇਹ ਬਾਣੀ ਸਰਬੱਤ ਦਾ ਸ਼੍ਰੀ ਅਵਤਾਰ ਹਿੰਦੀ ਜੀ
ਉਹ ਬਾਂਗੇ ਹੁਕਮ ਕਰਕੇ ਉਹਨਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ਼ੋਕ ਸੰਦੇਸ਼ ਭੇਜਿਆ ਹੈ। ਡਿਸਟ੍ਰਿਕਟ ਕੌਮ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਜੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਘਰ ਆਏ ਸਨ। ਅੱਜ ਹੁਣ ਸ਼੍ਰੀ ਮਨੋਰੰਜਨ ਕਾਲੀਏ ਜੀ ਐੱਮ ਐੱਲ ਏ ਆਏ ਹਨ, ਦੋ ਮਿੰਟ ਹੀ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਜੋ ਗੁਰੂ ਜੋ ਬਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮੁਖੀ ਦੇ ਵਿੱਚ ਮਾਤਾ ਮੋਹਿੰਦਰ ਕੌਰ ਜੀ ਨੇ ਅੰਤਿਮ ਸ਼ਰਧਾ ਕੀਤੀਆਂ ਰਾਹੀਂ ਸਤਸੰਗ ਜੀ ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਾਣੀ ਵਿੱਚ ਲਿਖਿਆ ਹੈ, ਜੋ ਪੁੱਜੇ ਸੋ ਬਿਨ ਸਕੇ। ਜਿਹੜੀ ਚੀਜ਼ ਪੈਦਾ ਹੋਇਆ ਹੈ, ਜਿਹਦੇ 'ਚ ਚੇਤਨ ਚੇਤਨ ਘਰ ਹੈ, ਉਸਦਾ ਅੰਤ ਅਵਸ਼ਕ ਹੈ। ਯਾਨੀ ਮੌਤ ਨਿਸ਼ਚਿਤ ਹੈ, ਮੌਤ ਅਟਲ ਸੱਤਿਅ ਹੈ। ਔਰ ਜਨਮ ਔਰ ਮੌਤ ਇਨਸਾਨ ਦੇ ਹੱਥ 'ਚ ਹੈ। ਇਨਸਾਨ ਦੇ ਹੱਥ 'ਚ ਧਰਤੀ 'ਤੇ ਆ ਕੇ ਕਿਹੋ ਜਿਹੇ ਕੰਮ ਕਰ ਸਕਦਾ, ਕਿਹੋ ਜਿਹੇ ਅੱਜ ਸਾਡੇ ਦਰਮਿਆਨ ਮਾਤਾ ਮੋਹਿੰਦਰ ਕੌਰ ਜੀ, ਲੇਕਿਨ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਖੁਸ਼ਬੂ ਅੱਜ ਮੇਰੇ ਕੰਮ ਆ ਰਿਹਾ। ਧਰਮ ਪਰਾਇਣ ਸੀ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣਾ ਘਰ ਸੰਭਾਲ ਲਿਆ, ਅੱਛੇ ਸੰਸਕਾਰ ਦਿੱਤੇ, ਪੜ੍ਹਾਇਆ ਲਿਖਾਇਆ, ਨੇਕ ਬਣਾਇਆ। ਔਰ ਉਸੇ ਸੰਸਕਾਰਾਂ ਦਾ ਸਦਕਾ ਹੈ ਕਿ ਜਤਿੰਦਰ ਜੀ, ਚੰਦਰ ਜੀ ਪਰਿਵਾਰ ਦਾ ਨਾਮ ਸੰਭਾਲਿਆ, ਕਿਉਂਕਿ ਮਾਤਾ ਜੀ ਨੇ ਘਰ ਸੰਭਾਲਿਆ। ਇਸੇ ਲਈ ਉਹਨਾਂ ਦੇ ਪਤੀ ਸ਼੍ਰੀ ਸ਼੍ਰੀ ਸਰਵਣ ਕੁਮਾਰ ਜਿਹਨੂੰ ਅਸੀਂ ਜਰਮਨ ਦੇ ਨਾਮ ਤੋਂ ਜਾਣਦੇ ਸੀ, ਉਹ ਵਪਾਰਿਕ ਕੰਮਾਂ 'ਚ, ਸਮਾਜਿਕ ਕੰਮਾਂ 'ਚ, ਧਾਰਮਿਕ ਕੰਮਾਂ ਦੇ ਵਿੱਚ, ਰਾਜਨੀਤਿਕ ਕੰਮਾਂ ਦੇ ਵਿੱਚ ਆਪਣਾ ਉਹਨਾਂ ਨੇ ਵੱਡਾ ਵੱਡਾ ਯੋਗਦਾਨ ਦਿੱਤਾ। ਔਰ ਮੈਂ ਕਹਾਂ ਕਿ ਵੀ ਗੁਰੂ ਜੀ ਦੇ ਪਿਤਾ ਸ਼੍ਰੀ ਸਰਦਾਰ ਮੋਹਨ ਸਿੰਘ ਜੀ, ਉਹਨਾਂ ਦੇ ਨਾਲ ਸਾਹਿਤ ਵੀ ਕਰਾਂਗੇ, ਸਾਹਿਤ ਹੀ ਕਰਾਂਗੇ। ਲੇਕਿਨ ਇਹ ਵੀ ਹੈ ਕਿ ਉਹ ਬਚਨ ਦੇ ਬਹੁਤ ਭਗਤ ਸੀ। ਮੇਰੇ ਕੋਲ ਇੱਕ ਵਾਰੀ ਉਹਨਾਂ ਦਾ ਆਉਣਾ ਹੋਇਆ, ਔਰ ਉਹਨਾਂ ਨੇ ਇੱਕ ਵਚਨ ਕੀਤਾ, ਕੁਛ ਦੱਸਿਆ ਸੀ, ਔਰ ਉਹ ਧਰਮ ਸਾਰੀ ਮਨ ਨਹੀਂ ਰੱਖਦਾ। ਮੈਂ ਇਸ ਗੱਲ ਦੀ ਆਇਆ, ਔਰ ਮਾਤਾ ਜੀ ਜਗਤ ਮਾਤਾ ਸੀ, ਉਹ ਸਾਨਿਧਿਓ ਪਰਿਵਾਰ 'ਚੋਂ, ਸਿਰਫ ਪਰਿਵਾਰ 'ਚੋਂ ਮਾਤਾ ਨਹੀਂ ਸੀ, ਉਹ ਜਗਤ ਮਾਤਾ ਸੀ। ਉਹਨਾਂ ਨੇ ਉਹ ਸਾਨਿਧਿ, ਉਹ ਮਮਤਾ ਜਿਹੜਾ ਵੀ ਉਹਨਾਂ ਦੇ ਕੋਲ ਆਇਆ, ਉਹਨਾਂ ਦੇ ਉੱਤੇ ਵਿਸ਼ਵਾਸ ਕਰਦਾ। ਔਰ ਉਹ ਸਾਨਿਧਿ ਦਾ ਮੈਨੂੰ ਵੀ ਹਿੱਸਾ ਮਿਲਿਆ, ਗੁਰੂ ਜੀ ਨੂੰ ਵੀ ਮਿਲਿਆ। ਐਸੀ ਮਾਤਾ ਦਾ ਚਲਾ ਜਾਣਾ ਜਿੱਥੇ ਪਰਿਵਾਰ ਨੂੰ ਘਾਟਾ, ਉੱਥੇ ਸਮਾਜ ਨੂੰ ਘਾਟਾ। ਕਹਿੰਦੇ ਅੱਛੇ ਮਾਲੀ ਦੀ ਪਹਿਚਾਣ ਅੱਛੀ ਫੁਲਵਾੜੀ ਬਣ ਗਈ, ਜਿੱਥੋਂ ਰੰਗ ਬਿਰੰਗੇ ਹੋਣ, ਖੁਸ਼ਬੂਦਾਰ ਹੋਣ, ਵਿਅਕਤੀ ਅੰਦਾਜ਼ਾ ਲਗਾ ਲੈਂਦਾ ਇਸ ਬਾਤ ਦਾ, ਮਾਲੀ ਬਹੁਤ ਸਾਰਾ। ਔਰ ਵਿਅਕਤੀ ਦੀ ਪਹਿਚਾਣ ਉਸਦੀ ਔਲਾਦ ਅਨੇਕ ਹੋਵੇ, ਸਮਾਜ ਨੂੰ ਪਾਓਗੇ ਤਾਂ ਜੀਵਨ ਸਫਲ ਹੋਣਾ। ਇਸ ਲਈ ਅੱਜ ਆਪ ਮਾਤਾ ਜੀ ਅੰਦਰ ਸਫਲ ਜੀਵਨ ਸਫਲ ਕਰਦੇ। ਮੈਂ ਜ਼ਿਆਦਾ ਨਹੀਂ ਕਹਿ ਸਕਦਾ, ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਰਧਾ ਸੁਮਨ ਪੇਸ਼ ਕਰਦਾ, ਪਰਮ ਪਿਤਾ ਪਰਮਾਤਮਾ ਦੇ ਅਰਦਾਸ ਕਰਦਾ, ਇਸ ਤੋਂ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਰਿਵਾਰ ਨੂੰ ਪਾਣਾ ਵਾਲਣ ਦਾ ਫਲ ਬਖਸ਼ਣਾ। ਔਰ ਜਿਹੜੀ ਫੁਲਵਾੜੀ ਮਾਤਾ ਜੀ ਲਗਾ ਰਹੇ ਹੈ, ਉਹ ਸਦਾ ਹਰੀ ਭਰੀ ਰਹੇ। ਗੁਜ਼ਰੋ ਜੋ ਹਾਲ ਸੇ, ਤੋ ਦੁਆ ਮਾਨ ਕੇ ਚਲੋ, ਜਿਸ ਪੇ ਖਿਲੇ ਹੈ ਫੂਲ, ਉਹ ਡਾਲ ਹਰੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਤਿੰਦਰ ਸਿੰਘ ਬਖੂਨੀਰਗੰਜ, ਸ਼ੇਖਰ ਗਾਲੀਆ ਜੀ, ਹੋਰ ਵੀ ਜਿੰਨੇ ਮੇਰੇ ਜਿਹਨਾਂ ਨਾਂ ਨਹੀਂ ਲੈ ਸਕੇ, ਮੰਗਾਂ ਵਿੱਚ ਆਵਾਂਗਾ। ਹੁਣ ਮੈਂ ਬੇਨਤੀ ਕਰਦਾ, ਜਤਿੰਦਰ ਕੁਮਾਰ ਜੀ, ਚੰਦਰ ਕੁਮਾਰ ਜੀ, ਗੁਰੂ ਮਹਾਰਾਜ ਜੀਵੇ ਜਾਣ, ਧਰਮ ਮਹਾਰਾਜ ਸੁਪਾ ਲੈ ਕੇ ਸ਼ੀਰਵਾਦ ਲੈ। ਪਰਿਵਾਰ ਵੱਲੋਂ ਬੇਨਤੀ ਹੈ, ਜਿਹਨਾਂ ਨੇ ਲੰਗਰ ਨਹੀਂ ਛਕਿਆ, ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰੋ। ਬੋਲੇ
ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰੇ ਅਸੀਂ ਮਾਤਾ ਸ਼੍ਰੀਮਤੀ ਮਹਿੰਦਰ ਕੌਰ ਜੀ ਦੇ ਅੰਤਿਮ ਸ਼ੋਕ ਸਭਾ ਦੇ ਵਿੱਚ ਇਕੱਠੇ ਹੋਏ ਹਾਂ। ਹਰ ਇਨਸਾਨ ਹਰ ਪ੍ਰਾਣੀ ਜੋ ਇਸ ਦੁਨੀਆਂ ਦੇ ਵਿੱਚ ਜਨਮ ਲੈਂਦਾ, ਉਸ ਨੂੰ ਕਾਲ ਰੂਪੀ ਮੌਤ ਇੱਕ ਨਾ ਇੱਕ ਦਿਨ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਇਸ ਦੁਨੀਆਂ ਤੋਂ ਲੈ ਜਾਂਦੀ ਹੈ। ਲੇਕਿਨ ਜਿਹੜਾ ਵਿਟਾਮਿਨ, ਜਿਹੜਾ ਇਨਸਾਨ ਇਸ ਦੁਨੀਆਂ ਦੇ ਵਿੱਚ ਸਮਾਜ ਦੇ ਵਿੱਚ ਚੰਗੇ ਕੰਮ ਕਰਦਾ, ਉਸ ਨੂੰ ਇਹ ਦੁਨੀਆਂ ਇਹ ਸਮਾਜ ਕਦੇ ਨਹੀਂ ਭੁੱਲਦਾ। ਮਾਤਾ ਜੀ ਦੇ ਕੀਤੇ ਹੋਏ ਕੰਮ ਜਿੱਥੇ ਪਰਿਵਾਰ ਨਹੀਂ ਭੁੱਲ ਸਕਦਾ, ਉੱਥੇ ਸਾਰਾ ਸਮਾਜ ਨਹੀਂ ਭੁੱਲ ਸਕਦਾ। ਜ਼ਿੰਦਗੀ ਦੇ ਵਿੱਚ ਉਹ ਮਾਂ ਦਾ ਪਿਆਰ, ਜਿਹਨੇ ਬਚਪਨ ਦੇ ਵਿੱਚ ਸਾਨੂੰ ਬੜੇ ਲਾਡਾ ਪਿਆਰਾਂ ਨਾਲ ਆਪਣੀ ਗੋਦ ਦੇ ਵਿੱਚ ਪੜ੍ਹਾਇਆ ਲਿਖਾਇਆ ਔਰ ਜਵਾਨੀ ਤੱਕ ਲੈ ਕੇ ਆਉਂਦਾ, ਔਰ ਉਸ ਤੋਂ ਬਾਅਦ ਜਦੋਂ ਮਾਂ ਦਾ ਸਾਇਆ ਸਿਰ ਤੋਂ ਚਲੇ ਜਾਂਦਾ, ਤਾਂ ਇਸ ਤੋਂ ਜ਼ਿਆਦਾ ਹੋਰ ਦੁਖਦਾਈ ਗੱਲਾਂ ਨਹੀਂ ਹੋ ਸਕਦੀ। ਤਾਂ ਮੈਂ ਉਸ ਪਰਮਪਿਤਾ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਕਿ ਉਹ ਸੋਚਣੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਔਰ ਦੁੱਖੇ ਪਰਿਵਾਰ ਨੂੰ ਪਾਣਾ ਬਚਾਉਂਦਾ ਬਣਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।